ਕਹਿੰਦੇ ਆ ਮੁੰਡਾ ਕਹਿੰਦੇ ਜੋਨ ਆਦੀ ਧਰਤੀ ਦੇ ਅੰਦਰ ਮੇਰੇ ਵੀ ਬਾਲਾ ਮਾਰ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਆ ਮੁੰਡੇ ਨੇ ਕਹਿੰਦੇ ਕਮਾਲਪੁਰ ਦੇ ਕੱਪ ਤੋਂ ਇੱਕ ਕਹਿੰਦੇ 1.5 ਮੀਟਰ ਸਾਡੇ ਜਿੱਤਿਆ ਹੋਇਆ ਤੇ ਦੁਨੀਆ ਭਰ ਦੇ ਵਿੱਚ ਕਹਿੰਦੇ ਪਹਿਲੇ ਵਜੇ ਕਰਾਈ ਹੈ ਪਰ ਜਿਹੜੇ ਮੁੰਡੇ ਨੇ ਸੁਣ ਲਿਆ ਮੁੰਡੇ ਨੂੰ ਜੋਧਾ ਦੀ ਧਰਤੀ ਦਾ ਦਿੱਤੀ ਹੈ ਰੋਟੀ ਹੋਰ ਖਾਣੀ ਹੈ ਦਹੀਂ ਹੈਗੀ ਹੈ ਦਹੀਂ ਨਾ ਖਾਣੀ ਨਾ ਨਾ ਹੋਰ ਨਹੀਂ ਖਾਣੀ ਖਾਲੀ ਬਸ ਬਈ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਨਾ ਕਰਨਾ ਪੜ੍ਹਨੇ ਨਹੀਂ ਆਉਂਦਾ ਲਓ ਸਾਹਮਣੇ ਗੱਲ ਕਹਿੰਦੇ ਖਰੂਰ ਪਿੰਡ ਦੇ ਕਾਲੂ ਹੋਏ ਵੀ ਬੜਾ ਪਿਆਰ ਵਰ ਤਿਆਰ ਲੱਖੀ ਦੇ ਬਾਅਦ ਇੱਕ ਸਾਲ ਕਹਿੰਦੇ ਮੁੰਡੇ ਨੇ ਗੋਆ ਵਿੱਚ ਕ੍ਰਿਕਟ ਖੇਡੀ ਆ ਔਰ ਕਹਿੰਦੀ ਮਾਸ਼ੀ ਬਾਰਾ ਸਾਹਿਬ ਅੱਗੇ ਔਰ ਕਲੱਬਾਂ ਦੇ ਵਿੱਚ ਮੁੰਡੇ ਨੇ ਕਹਿੰਦੇ ਖੇਡੇ ਜਿਹੜੀ ਵੱਡੇ ਪੱਧਰ ਤੇ ਖੇਡੀ ਹੈ ਕਾਲੂ ਆ ਕਹਿੰਦੇ ਖਰੂਰ ਪਿੰਡ ਦੀ ਧਰਤੀ ਦਾ ਮੇਰੇ ਵੀ ਸ਼ੇਰ ਆ ਆਪਣੀ ਟੀਮ ਤੇ ਔਰ ਖਾਤੇ ਜੋੜ ਦਿੰਦੇ ਆ ਬੜਾ ਕਹਿੰਦੇ ਟੌਪ ਦਾ ਖਿਡਾਰੀ ਹੈ ਵੀ ਬੱਚੇ ਜਦੋਂ ਵੱਜਦੇ ਟੌਪ ਦੇ ਛੱਕੇ ਤੇ ਦੁਨੀਆ ਵਹਿੰਦੀ ਨੱਚ ਮਿੱਤਰੋ ਅੱਜ ਕਹਿੰਦੇ ਵੱਜ ਗਿਆ ਕਾਲੂ ਦਾ ਕ੍ਰਿਕਟ ਕਰੇਜ ਇਹਦੀ ਗੱਲ 16-19 ਮਿੱਤਰੋ ਲਓ ਸ਼ੇਰ ਆ ਕਹਿੰਦੇ ਫੇਰ ਜਿਹਦੇ ਮੁੰਡੇ ਨੇ ਜੋੜ ਫੜਦਾ ਫਿਰ ਵੀ ਉਹ ਉਧਰ ਕਹਿੰਦੇ ਸ਼ੇਰ ਉਹਨਾਂ ਦੇ ਬਾਟੇ ਮੁੰਡੇ ਨੇ ਕਰ ਦਿੱਤੇ ਆਪਣੀ ਟੀਮ ਦੇ ਲਈ ਮੇਰੀ ਟੀਮ ਦੀ ਇੱਕ ਪਲੇਅਰ ਜਿਹੜਾ ਖਲੂਰ ਦਾ ਸਾਡੇ ਕੋਲੇ ਆ ਰਿਹਾ ਹੈ ਯੋਧਾ ਦਾ ਜੱਸਾ ਭਜਿਆ ਹੋਇਆ ਹੈ ਆਹ ਖਿਡਾਰੀ ਕਹਿੰਦੇ ਬਾਬੇ ਕਰਤਾਰ ਸਿੰਘ ਖੰਡੂਰ ਦੀ ਟੀਮ ਦੂਜੇ ਪਾਸੇ ਜਿਹੜੇ ਮੁੰਡੇ ਆਏ ਹੈ ਇਹ ਕ੍ਰਿਕਟ ਦੇ ਪਹਿਲੇ ਪ੍ਰਮੋਟਰ ਕਹਿੰਦੇ ਸਨੇਹਜੀਤ ਬਰਾੜ ਦੇ ਪਿੰਡ ਆਏ ਹੈ ਕੋਟਕਪੁਰੇ ਦਾ ਇਲਾਕਾ ਪੈਂਦਾ ਹੈ ਅੰਮ੍ਰਿਤਪਾਲ ਮਾਪਿਆਂ ਨੇ ਰੱਖਿਆ ਹੈ ਕ੍ਰਿਕਟਰ ਕਹਿੰਦੇ ਅੰਬਰ ਅੰਬਰ ਕਹਿ ਕੇ ਬੁਲਾ ਰਹੇ ਹੈ ਅੰਬਰ ਕਹਿੰਦੇ ਜੌਨ ਵਾਲੇ ਦੀ ਧਰਤੀ ਦਾ ਫਿਰ ਬਾਲ ਪਾਉਣ ਦੇ ਲਈ ਤਿਆਰ ਹੈ ਵੀ ਤੂੰ ਡਾਢਾ ਦੁੱਖ ਮਨਾ ਬੈਠੀ ਪੱਖੀ ਵਿੱਚ ਵੱਜੇ ਹੂਰੇ ਦਾ ਉਹ ਬੰਦ ਪਿਆ ਦਰਵਾਜ਼ਾ ਜੋ ਫਾਟਕ ਕੋਟਕ ਚੁਰੇ ਦਾ ਉਹ ਬੰਦ ਪਿਆ ਦਰਵਾਜ਼ਾ ਜੋ ਫਾਟਕ ਕੋਟਕ ਚੁਰੇ ਦਾ ਪਹਿਲੇ ਕਿੰਨੇ ਦੇ ਨਿਪੜਿਆ ਬਈ ਕਈਆਂ ਤੇ ਇੱਕ
ਖੰਡੂਰ ਸਾਹਿਬ ਹੈ ਸ੍ਰੀ ਤਰਨਤਾਰਨ ਸਾਹਿਬ ਦੀ ਧਰਤੀ ਹੈ ਪਰ ਇਹ ਜਿਹੜੇ ਲੁਧਿਆਣੇ ਦਾ ਸਰਾਪੇ ਦੇ ਇਲਾਕੇ ਰੋਤਨੇ ਦੇ ਇਲਾਕੇ ਮੁਸੂਰੇ ਦੇ ਇਲਾਕੇ ਜੇਕਾ ਦੇ ਇਲਾਕੇ ਖੰਡੂਰ ਪਿੰਡ ਦੇ ਮੁੰਡੇ ਹੈ ਇਹੀ ਠੀਕ ਕਰੀ ਗੱਲ ਮੁੰਡੇ ਦੀ ਚੜਿੱਕ ਦਾ ਮੈਚ ਹੈਗਾ ਬਾਈ ਮਲਸ਼ੀਆਂ ਭਾਈ ਕੇ ਨਾਲ ਧੁੰਨੇ ਹੁਣਾਂ ਨਾਲ ਅਗਲਾ ਮੈਚ ਹੈਗਾ ਸ਼ੇਰਪੁਰ ਦੇ 66 ਫਿਰ ਹੈਗਾ ਮਲਸੀਆ ਭਾਈ ਕਾ ਤੇ ਚੜਿੱਕ ਦਾ ਮੈਚ ਲਾਸਟ ਕੁਆਟਰ ਅੰਬਰ ਤੀਜੀ ਡੋਟ ਸੀ ਓਵਰ ਹੋ ਗਿਆ 46 46 ਪਹਿਲਾਂ ਕਹਿੰਦੇ ਗੋਪੀ ਮੰਡ ਵਾਲਾ ਵਿਖੜ ਗਿਆ ਉਹ ਵੀ ਕਹਿੰਦੇ ਫਰੀਦਕੋਟ ਦਾ ਇਲਾਕਾ ਜਿਹੜਾ ਪੈ ਜਾਂਦਾ ਮੁੰਡੇ ਕਹਿੰਦੇ ਔਰ ਬਾਲਾ ਪਾਉਣ ਦੀਆਂ ਮੁੰਡਾ ਕਹਿੰਦੇ ਦੀਪੂ ਆ ਗਿਆ ਮੇਰੇ ਵੀਰੋ ਕਹਿੰਦੇ ਲੈਫਟੀ ਕੇ ਕਹਿੰਦੇ ਚਰਚਾ ਕਹਿੰਦੇ ਹੁਸ਼ਿਆਰਪੁਰੀ ਦੇ ਤੇ ਚਰਚਾ ਹੋਇਆ ਕਹਿੰਦੇ ਨਵੀਂ ਸ਼ਹਿਰ ਵਾਲੇ ਦੇ ਮੇਰੇ ਵੀਰੋ ਪਰ ਇੱਕ ਰਨ ਜਿਹੜਾ ਜੁੜ ਗਿਆ ਖਿਡਾਰੀ ਦੇ ਔਰ ਭੱਜ ਕੇ ਜੋੜ ਦਿੱਤਾ ਜਿਵੇਂ ਪਾਸ ਕਹਿੰਦੇ ਮੂੰਹ ਵਾਲਾ ਲਿਖ ਜਾਂਦਾ ਵੀ ਭੱਜਦੇ ਤੇ ਗੋਲੀ ਵੱਜੇ ਉਹਦੀ ਸ਼ਹੀਦ ਹੁੰਦਾ ਵੀ ਜਿੱਤੇ ਨਹੀਂ ਮਨਾਉਣ ਜਾਂਦੇ ਮਰੀਆਂ ਜ਼ਮੀਰਾਂ ਨਾਲ ਵੀ ਮੱਥੇ ਦੀਆਂ ਮੀਕਾਂ ਕਹਿੰਦੇ ਸਿਰ ਦੀਆਂ ਲਾਉਂਦੀਆਂ ਵਿਰਾਟ ਵੀਰੇ ਸੈਂਟੀ ਨਹੀਂ ਆਇਆ ਰੋਹਿਤ ਦਾ ਅਗਲਾ ਮੈਚ ਹੈ ਬਾਈ ਉਸਮਾਨ ਨੈਕਸਟ ਮੈਚ ਰੋਹਿਤ ਚੰਡੀਗੜ੍ਹ
देख ला तेन दस के गया फोन आ गई यार बॉल फट ला ऐप दे के आया आ रही आ गई ऐप दे के आया मैं स्कोर देख के बोल दा ਪਤਨੀ ਜੇ ਪਤੰਗ ਜੀ ਸਰੀਰ ਵਾਲਾ ਖਿਡਾਰੀ ਕਹਿੰਦੇ ਉਹ ਵੇਖਾਂਗੇ ਕਹਿੰਦੇ ਬਾਹਰ ਪਾਉਣ ਲਈ ਜਿਹੜਾ ਤਿਆਰ ਵਰਤਾਰਾ ਸੈਮ ਕਹਿੰਦੀਆਂ ਗੁੱਲੀਆਂ ਸਾਹਮਣੇ ਕਹਿੰਦੇ ਸਾਡੀ ਖੇਡ ਕ੍ਰਿਕਟ ਦਾ ਡੇਵਿਡ ਵਾਰਨਰ ਕਿੱਕੀ ਕਹਿੰਦੇ ਯੋਧਾ ਪਿੰਡਵਾ ਕਹਿੰਦੇ ਸ਼ੇਰ ਉਹਨਾਂ ਨੇ ਵੱਧ ਆਹ ਮੁੰਡੇ ਨੇ ਕਾਰ ਦਿੱਤੇ ਆ ਕਹਿੰਦੇ ਇਹਨਾਂ ਪਿੰਡਾਂ ਲਈ ਕਹਿੰਦੀ ਕਹਿੰਦੇ ਰਤਨਾ ਵਾਲਾ ਬਹੁਤ ਵੱਡੀ ਕ੍ਰਿਕਟ ਖੇਡਿਆ ਮੇਰੇ ਵੀਰੋ ਭਾਵੇਂ ਉਹ ਸਾਡੇ ਵਿੱਚ ਅੱਜ ਨਹੀਂ ਰਿਹਾ ਪਰ ਉਹਦੀ ਕਹਿੰਦੇ ਅੱਜ ਵੀ ਜਿਹੜੀਆਂ ਯਾਦਾਂ ਉਹ ਯਾਦਾਂ ਕਹਿੰਦੇ ਰਹਿੰਦੀਆਂ ਮੇਰੇ ਵੀਰੋ ਕਹਿੰਦੇ ਬਾਪਸ ਨੇ ਲਿਖਿਆ ਸੀ ਵੀ ਕਿਹਦੇ ਪੈਰ ਦੀ ਮਿੱਟੀ ਚੁੱਕ ਕੇ ਤੇਰੇ ਸਿਰ ਤੇ ਵਾਰਦੇ ਆ ਇੱਕ ਵਾਰੀ ਤੇ ਆਖ ਤੌਰ ਸਾ ਸਭ ਕੁਝ ਤੈਨੂੰ ਹਾਰਦੇ ਆ ਵੀ ਦਿਲ ਦੇ ਦਿਲ ਵਿੱਚ ਰਹਿਣ ਵਾਲੇ ਆ ਤੂੰ ਕਹਿੰਦਾ ਦਿਲ ਚੋਂ ਕੱਢ ਗਿਆ ਵੀ ਇੰਨਾ ਸੌਖਾ ਨਹੀਂ ਸਾਨੂੰ ਮਿਲਿਆ ਤੂੰ ਜਿੰਨਾ ਸੌਖਾ ਛੱਡ ਗਿਆ ਵੀ ਇੰਨਾ ਸੌਖਾ ਨਹੀਂ ਮਿਲਿਆ ਤੂੰ ਸਾਨੂੰ ਜਿੰਨਾ ਸੌਖਾ ਛੱਡ ਗਿਆ ਮਸੀਹਾ ਭਾਈ ਤੇਰੇ ਮੁੰਡੇ ਵੀ ਪੁੱਜ ਗਏ ਕਿਲੇ ਐਨ ਚਰਚ ਹੁੰਦੇ ਸੋਹਣੇ ਵਰਗੇ ਭਰਾ ਨੇ ਸਾਡੇ ਕਹਿੰਦੇ ਤਿਰ ਤੇ ਵਰ ਗਏ ਵੀ ਵੀਰ ਸਾਡੇ ਪੁੱਜਿਆ ਔਰ ਬੜਾ ਧੰਨਵਾਦ ਕਰਦੇ ਹਾਂ ਇਹ ਖੇਡ ਮੇਲੇ ਉੱਪਰ ਕਿਉਂਕਿ ਉਹਨਾਂ ਦੇ ਘਰ ਦਾ ਮੇਲਾ ਮੇਰੇ ਵੀਰੇ ਔਰ ਉਹਨਾਂ ਦੇ ਘਰ ਦਾ ਮੇਲਾ ਹੈ ਬਾਕੀ ਕਹਿੰਦੇ ਅੱਜ ਦੇ ਕੱਪ ਉੱਤੇ ਪ੍ਰਭ ਵਰਗੇ ਵੀਰੇ ਦਾ ਧੰਨਵਾਦ ਕਰਦੇ ਹਾਂ ਇੱਧਰ ਨਵੀਂ ਇੱਥੇ ਸ਼ੇਰ ਆਉਣਾ ਹੈ ਔਰ ਇੱਕ ਛੱਟਾ ਹੋਰ ਇੱਕ ਵਾਰੀ ਖਡੂਰ ਪਿੰਡ ਦੇ ਤਾਲੂ ਜ਼ੋਰਦਾਰ ਤਾਲੀਆਂ ਮਾਰਦੇ ਸੀ ਬਾਕੀ ਕਹਿੰਦੇ ਮੁੰਡੇ ਨੇ ਅੱਜ ਤੇ ਬਾਕੀ ਕਹਿੰਦੇ ਕਮਾਲ ਜਿਹੜੀ ਪਿਆਰ ਦਿੱਤੀ ਹੈ ਇਹਨਾਂ ਪਿੰਡਾਂ ਦੀ ਜਾਂਦੀ ਅਬੀ ਖਿਡਾਰੂ ਖੇਡੇ ਆ ਕਮਾਲ ਕੀਤੇ ਪਿਛਲੇ ਦਿਨ ਮੁੰਡਿਆਂ ਨੇ ਇੱਥੋਂ ਬਿਲਕੁਲ ਲਾਗਲੇ ਪਿੰਡ ਆਪਾਂ ਕਹਿ ਸਕਦੇ ਵੀ ਸਲੀਮਪੁਰ ਦੇ ਵਿੱਚੋਂ ਜਿਹੜਾ ਕਹਿੰਦੇ ਨੰਬਰ ਲਾਇਆ ਤੇ ਪਹਿਲਾ ਨੰਬਰ ਆਹ ਮੁੰਡੇ ਲੱਗ ਗਿਆ ਕਿ ਵੱਡਾ ਕੱਪ ਕਹਿੰਦੇ ਜਿੱਤਿਆ ਔਰ ਵਾਹਿਗੁਰੂ ਇੱਕ ਹੋਰ ਛੱਕਾ ਕਹਿੰਦੇ ਕਾਲੂ ਨੇ ਜਿਹੜਾ ਮਾਰ ਆਪਣੀ ਟੀਮ ਦੇ ਲਈ ਖੇਡੀ ਹੋ ਗਈ ਸਕੋਰਾਂ ਦੇ ਵਾਧੇ ਕਰਦੇ ਗਿਆ ਸੂਰੀਆ ਪੁੱਜਿਆ ਭਰਾ ਸੋਹਣਾ ਸਪਾਰਟ ਦੀ ਸੇਵਾ ਕਰ ਰਿਹਾ ਨਾਲ ਕਹਿੰਦੇ ਧੰਨਵਾਦ ਕਰਦੇ ਆ ਜੀਵਨ ਭਗਤੇ ਵਾਲੇ ਦਾ ਹਰ ਭਰਾ ਸਾਡਾ ਕਹਿੰਦੇ ਉਹ ਵੀ ਪਾਣੀ ਦੀ ਸੇਵਾ ਕਰ ਰਿਹਾ ਨੈਕਸਟ ਮੈਚ ਹੈਗਾ ਵੀਰੇ ਸ਼ੇਰਪੁਰ ਕਲਾਂ ਤੇ ਛਿਆੜ ਰੋਹਿਤ ਚੰਡੀਗੜ੍ਹ ਸਣੀ ਸਤਿਆਣਾ ਲਾਡੀ ਕੁੱਪ ਤੇ ਕਾਕਰ ਤਰਾਸੀ ਬਣਿਆ ਚੁਰਾਸੀ ਬਣਿਆ ਕੱਢਿਆ ਚੁਰਾਸੀ ਚੁਰਾਸੀ ਚੈੱਕ ਕਰ ਲੈ ਕੇ ਲਿਆ ਭਰਾ ਠੀਕ ਹੈ ਜੀ
83 ਬਣੇ 84 ਬਣਾਉਣੇ 83 ਬਣ ਗਿਆ ਜੀ 84 ਦਾ ਟਾਰਗੇਟ ਆ ਫਸਾ ਲਿਆ 84 ਦੇ ਗੇੜ ਵਿੱਚ ਪਰ ਅੰਦਰ ਕਿਤੇ ਚੌਣ ਵਾਲੀ ਧਰਤੀ ਦਾ ਪੁੱਜਿਆ ਹੋਇਆ ਕਿਹੜਾ ਨਾਮ ਹੈ ਕ੍ਰਿਕਟ ਦੀ ਦੁਨੀਆ ਦੇ ਵਿੱਚ 10 ਮੋਟਰਸਾਈਕਲ ਜਿੱਤੇ ਮੁੰਡੇ ਨੇ ਔਰ ਕਹਿ ਦੀ ਅੱਗੇ ਬਹੁਤ ਮੋਟਰਸਾਈਕਲ ਕਮਾਲਪੁਰ ਦੇ ਕੱਪ ਤੋਂ ਜਿੱਤੇ ਹੋਏ ਖਿਡਾਰੀ ਨੇ ਜੀਵਨ ਨੇ ਔਰ ਪੰਜਾਬ ਦੇ ਕੱਪਾਂ ਪਰ ਸਿੱਕਾ ਚੱਲਦਾ ਮੇਰੇ ਵੀ 83 ਰਨ ਬਣੇ ਆ ਤੇ 84 ਦਾ ਟਾਰਗੇਟ ਸੈੱਟ ਹੋਇਆ ਵੀ ਨੋਟ ਕਰਾਂਗੇ ਆਪਾਂ ਜਲਦੀ ਨਾਲ ਮੈਂ ਵੀ ਲਾਵਾਂਗੇ ਟੀਮ ਨੂੰ ਬੇਨਤੀ ਹੈ ਖਡੂਰ ਪਿੰਡ ਦੀ ਜਿੰਨੀ ਬੇਨਤੀ ਹੈ ਫੀਲਡ ਲਾਵਾਂਗੇ ਉਧਰ ਅੱਜ ਦੇ ਕੈਪਟਨ ਗੋਪੀ ਪਟੇਲ ਦਾ ਵੀ ਉਹਦਾ ਵੱਡਾ ਸਨਮਾਨ ਜਿਹੜਾ ਕੀਤਾ ਜਾਵੇਗਾ ਨਾਲ ਕਿਤੇ ਵੀਰਪਾਲ ਗੁਰੂ ਵੀਰੂ ਗੁਰੂ ਨਵੀਂ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਕਹਿੰਦੇ ਸਰਪ੍ਰਾਈਜ਼ ਸਨਮਾਨ ਰੱਖਿਆ ਹੁਣ ਪਤਾ ਨੀ ਕੀ ਹੋਵੇਗਾ ਉਹ ਕਹਿੰਦੇ ਵੀ ਵੀਰੂ ਗੁਰੂ ਦਾ ਸਨਮਾਨ ਜਿਹੜਾ ਉਹ ਸਰਪ੍ਰਾਈਜ਼ ਕੀਤਾ ਜਾਵੇਗਾ ਇਸ ਕੱਪ ਉੱਪਰ ਤੇ ਨਾਲ ਕਹਿੰਦੇ ਸਾਡੇ ਭਰਾ ਪਾਣੀ ਜਗਾਉਣ ਵਾਲਾ ਉੱਧਰ ਲਵ ਜੋਤ ਕਹਿੰਦੇ ਭਰਾ ਸਾਡਾ ਕਹਿੰਦੇ ਬੈਠਾ ਵੀ ਚਲੋ ਰਹੀ ਦੇ ਉਹ ਕਹਿੰਦਾ ਵੀ ਮਨੀ ਜਗਰਾਵਾ ਦਾ ਸਨਮਾਨ 2100 ਨਾਲ 2100 ਦੀ ਨਗਰ ਰਾਸ਼ੀ ਨਾਲ ਜਿਹੜਾ ਇਸ ਕੰਮ ਤੇ ਕੀਤਾ ਜਾਵੇਗਾ ਜੋਤ ਵਰਗੇ ਭਰਾ ਸਾਡੇ ਪੁੱਜੇ ਸਾਹਮਣੇ ਵਰਗੇ ਉਹਨਾਂ ਦਾ ਵੀ ਧੰਨਵਾਦ ਹੈ ਬੰਦੇ ਬੋਲ ਬਣਾਈ ਆਈ ਔਰ ਚਰਚੇ ਹੁੰਦੇ ਆ ਬਣੇ ਹੋਏ ਉਹ ਵੀ ਵੀਰ ਸਾਡੇ ਪੁੱਜੇ ਹੋਏ ਆ ਨਵੀਂ ਜੋਤ ਵੀਰੇ 19 ਤਰੀਕ ਕਹਿੰਦੇ ਜਿਹੜੀ ਹੈ ਨਾ ਉਹ ਮੋਹੀ ਦੇ ਵਿੱਚ ਮੁਲਾਜ਼ਮਾਂ ਦੇ ਕੱਪਾਂ ਦੇ ਹੋਵੇਗੀ ਸਾਰੇ ਮੁਲਾਜ਼ਮ ਮੁਲਾਜ਼ਮ ਖੇਡਣਗੇ ਜਿਹਦੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਔਰ ਆਪਾਂ ਕਹਿ ਸਕਦੇ ਹਾਂ ਖੇਡ ਦੇ ਨਜ਼ਰ ਆਉਣਗੇ ਜੋਤ ਭਾਈ ਹੁਣਾਂ ਦੀ ਟੀਮ ਹੈ ਤੇ ਮੋਹੀ ਵਾਲਾ ਕਹਿੰਦੇ ਐਨ ਉਹ ਗਰਾਊਂਡ ਦੇ ਵਿੱਚ ਕਹਿੰਦੇ ਚਰਚੇ ਹੋਣਗੇ ਨਾ ਇੱਧਰ ਦੇਖਾਂਗੇ ਵੀ 83 ਰਨ ਬਣੇ ਆ ਤੇ 84 ਦਾ ਟਾਰਗੇਟ ਹੈਗੇ ਨੋਟ ਕਰਾਂਗੇ ਖੜੇ ਬੈਠ ਚੁੱਕੀ ਫਿਰਦਾ ਜੀ ਆ ਸਹੀ ਆ ਕਰੋ ਮੇਰੇ ਸ਼ੇਅਰ ਕਰੋ ਲਾਈਵ ਨੂੰ ਦੋ ਵਾਲਾ ਦੋ ਚੌਕੇ ਆ ਗਏ ਸ਼ੇਅਰ ਕਰੋ ਸਾਰੇ ਭਰਾ ਜਿਨ੍ਹਾਂ ਕੋਲ ਫ੍ਰੀ ਵਾਲੇ ਸਟਾਰ ਆ ਮੇਰੇ ਸਟਾਰ ਭੇਜੋ ਧੰਨਵਾਦ ਸਾਰਿਆਂ ਦਾ ਕਰੋ ਦੱਬ ਕੇ ਸ਼ੇਅਰ ਕਰੋ ਲਾਈਵ ਨੂੰ ਬਹੁਤ ਤਕੜਾ ਮੈਚ ਆ ਦੱਸੋ ਰਨ ਚੇਂਜ ਹੋਣਗੇ ਕਿ ਨਹੀਂ ਹੋਣਗੇ ਖਡੂਰ ਦਾ ਬੋਲਿੰਗ ਟਾਈਮ ਵੀ ਤਕੜਾ ਆ ਦੱਸੋ ਵੀ ਰਨ ਚੇਂਜ ਹੋਣਗੇ ਕਰੋ ਕਮੈਂਟ ਬਾਈ ਔਰ ਚਾਰ ਦੇ ਵਾਧੇ ਹੋਣਗੇ ਮੇਰੇ ਕੋਲ ਲਗਾਤਾਰ ਤਿੰਨ ਬਾਉਂਡਰੀਆਂ ਜੋੜ ਦਿੱਤੀਆਂ
ਵਾਲ ਦੀ ਧਰਤੀ ਦਾ ਬਰਬ ਜੀ ਵੀ ਮੈਨੂੰ ਰਾਂਝੇ ਦਾ ਮਲੂਕ ਜਾਈਦਾ ਵੀ ਮੁੰਡਾ ਕਿੱਡੀ ਫਰੀਦ ਲੋਟੀਆ ਵੀ ਮੈਨੂੰ ਰਾਂਝੇ ਦਾ ਮਲੂਕ ਜਾਈਦਾ ਕਿ ਮੁੰਡਾ ਕਿੱਡੀ ਫਰੀਦ ਲੋਟੀਆ ਵੀ ਫਰੀਦਕੋਟ ਦੀ ਧਰਤੀ ਦਾ ਨਾਈਵਾਲ ਕਹਿੰਦੇ ਤਿੰਨ ਚੌਕੇ ਪਹਿਲੀਆਂ ਤਿੰਨ ਗੱਲਾਂ ਤੇ ਜੋੜ ਦਿੰਦੇ ਆ ਔਰ ਕਹਿ ਸਕਦੇ ਆ ਤਾਂ ਇਸ ਟੂਰਨਾਮੈਂਟ ਦੀ ਬੜੀ ਦਾਅਵੇਦਾਰ ਦੀ ਮੰਗ ਆਈ ਹੋਈ ਹੈ ਮੇਰੇ ਵੀਰੋ ਨਾਲ ਸਭ ਸਾਰਿਆਂ ਦੀ ਪ੍ਰੇਰ ਤਿਆਰ ਦਰ ਤਿਆਰ ਤੇ ਬਾਲ ਬੱਲੇ 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 ਸ਼ੇਰ ਉਹਨਾਂ ਦੇ ਵਾਧੇ ਹੁੰਦੇ ਆ ਮੇਰੇ ਵੀਰੋ आप देखेंगे भी एक ओवर लगी 24 बन गया मित्र एक ओवर से 24 स्कोर जो स्कोर बोर्ड पे वो लग गए मेरे भी फिर भी मरा ना एक ओवर 24 अभी लाइए फील्डिंग जल्दी ना आ जाइए भी जल्दी ना हां जी बहुत बहुत मदद होगी बाल दे दो जी फोर्स जी बाल कम दिया मेरा भी रख लिए कि नहीं कम दिया वापस आप ग्राउंड के बाहर भेज दिए मेरे बेनती है छुड़िया पहला नहीं चाहिए नवी अंदर तो बाला भी बाहर भेज दिए बाकी बोलों पर रखिए तो हम शुरू करवाइए मैच देरी दिलाइए जेडे भरावान ने लंगर नहीं छके तो गुरु का लंगर छक लगे भी भैन नानकी के पूरे टुकरा के बैठा होना लालो जी झोपड़ी जी आके मुठ तो गरीबों वाह मैं तारे तो पुछ भी फिर भी मैंने दसो ने मकाने वाला वाह मैं तारे तो पुछ भी फिर लोग कहते धूपा आ गया मेरे को खुरद फुट की धरती का सामने कविता है रातपुरे मंडी वाला थैंक यू हैकर गेमिंग शेयर करो बाकी स्टार जफरी वाले साजिद खान साजिद खान सामने एक रन मनु चौहान काके रसूल पर अगला बैठ गया रख
दीपू लिफ्ट है नी वीरे रोहित चंगड़ी चंडीगढ़ का अगला मैच आवे रोहित का पानी फड़ाई पहली पेशी यार छोड़ गए पर आगे बार पाउन की साड़ी खेल क्रिकेट का डेविड वार्नर आओ प्यार वर प्यार पैगी बार बल्ले 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 आओ वेख महाराज वाला विवेक चिड़क का लास्ट मैच है भाई अगला मैच है भाई नेक्स्ट मैच शहर का ਸਾਹਮਣੇ ਰਹਿੰਦੇ ਨੇ
ਜਿਹੜੇ ਬਾਕੀ ਰਹਿ ਗਏ ਅੰਬਰ ਕਹਿੰਦੇ ਜੋਰ ਬਰ ਪਹਿਲਾਂ
ਦੱਸਿਆ ਵੀ 83 ਵੀ ਥੋੜੇ ਲੱਗ ਰਹੇ ਆ ਜਿੱਦੀ ਵੀਰੇ ਗਰਾਊਂਡ ਦੇ ਅੰਦਰ ਆ ਬਾਲ ਉੱਪਰ ਇੱਕ ਰਨ ਇੱਕ ਸਕੋਰ ਮੇਰੇ ਕੋਲ ਜੁੜ ਗਿਆ ਹੁਣ ਤਿੰਨ ਸਕੋਰ ਬਾਕੀ ਚਾਹੀਦਾ ਲੈ ਵੀ ਤਿੰਨ ਸਕੋਰ ਜਿਹੜੇ ਬਾਕੀ ਚਾਹੀਦੇ ਮੇਰੇ ਕੋਲ ਦੋ ਬਾਲ ਤਿੰਨ ਰਹਿ ਗਏ ਦੋ ਇੱਕ ਸਿੱਸੇ ਮੁੜ ਕਹਿੰਦੇ ਅੰਬਰ ਨੂੰ ਮੋਹਰੇ ਕਰ ਦਿੱਤਾ ਭਾਈ ਯਾਰ ਜਿੰਦੇ ਬਾਲਾ ਵਧੀਆ ਲੱਗਦੀਆਂ ਮੈਂ ਸਵਾਦ ਰਿਹਾ ਤਾੜੀ ਹੋਰੇ ਬਹੁਤ ਰੋਟੀ ਪਾ ਕੇ ਰੱਖਦੇ ਬਾਹਰ ਕਹਿੰਦੇ ਮੁੰਡੇ ਲਾਸਟ ਬਾਲ ਤੱਕ ਲੜਨਾ ਜਾਣਦੇ ਖੜੂਰ ਤੇ ਇੱਕ ਬਾਲ ਦੋ ਰਹਿ ਗਿਆ ਵੀ ਇੱਕ ਬਾਲ ਦੋ ਡਾਕਟਰ ਇਹਨੀ ਲੜਨਾ ਜਾਣਦਾ ਮੇਰੀਓ ਜੇ ਆ ਬਾਲ ਟਕਾਣੇ ਦੀ ਪੈ ਗਈ ਨਾ ਮੁੰਡਿਆ ਫੇਰ ਗੱਲ ਬਣਦੀ ਆਈ ਹੈ ਖਡੂਰ ਦੀ ਧਰਤੀ ਦਾ ਬਾਪ ਧਾਰਿਆ ਆ ਬਾਲ ਸਿਰੇ ਦੀ ਪੌੜੀ ਪੈਣੀ ਆ ਪਰ ਸਾਹਮਣੇ ਇੱਥੇ ਰੱਖ ਖੜੂਰ ਖੜੂਰ ਤਾੜੀਆਂ ਨਹੀਂ ਵਜੀਆਂ ਇੱਕ ਵਾਰੀ ਤਾੜੀਆਂ